ساڈی تار نشہرے والے دے نال لگی رہندی آ ساڈی تار نشہرے والے دے نال لگی رہندی آ ساڈی تار نشہرے والے دے نال لگی رہندی آ ساڈی تار نشہرے والے دے نال لگی رہندی آ او تار لگی رہندی آ تار لگی تار لگی رہندی آ تار لگی رہندی آ تار لگی رہندی آ ساڈی تار نشہر والے دے نال لگی تار نشہر والے دے نال لگی رہندی آ تار نشہر والے دے نال لگی میں تے رنگ او دے وچ رنگیا دنیا بورا کہندی آ بابا رنگ او دے وچ رنگیا پر دنیا بورا کہندی آ رنگ او دے وچ رنگیا دنیا بورا کہندی آ رنگ او دے وچ رنگیا دنیا بورا کہندی آ مینوں بورا لوکی بورا ਮਸਤਾਨਾ ਕਹਿੰਦੀ ਆ ਉਹ ਮਸਤਾਨਾ ਕਹਿੰਦੀ ਆ ਤੇਰਾ ਦੀਵਾਨਾ ਕਹਿੰਦੀ ਆ ਤੇਰਾ ਦੀਵਾਨਾ ਕਹਿੰਦੀ ਆ ਤੇਰਾ ਦੀਵਾਨਾ ਕਹਿੰਦੀ ਆ ਤੇਰਾ ਦੀਵਾਨਾ ਮੈਂ ਤੇ ਰੰਗ ਉਹਦੇ ਵਿੱਚ ਰੰਗੀਆਂ ਦੁਨੀਆ ਬੋਲਾ ਕਹਿੰਦੀ ਰੰਗ ਉਹਦੇ ਵਿੱਚ ਰੰਗੀਆਂ ਦੁਨੀਆ ਬੋਲਾ ਕਹਿੰਦੀ ਆ ਮੈਂ ਤੇ ਰੰਗ ਉਹਦੇ ਵਿੱਚ ਰੰਗਿਆ ਦੁਨੀਆ ਬੋਲਾ ਕਹਿੰਦੀ ਆ ਮੈਂ ਤੇ ਰੰਗ ਉਹਦੇ ਵਿੱਚ ਰੰਗਿਆ ਦੁਨੀਆ ਬੋਲਾ ਕਹਿੰਦੀ ਆ ਮਹਾਰਾਜ ਦੇ ਪਿਆਰੇ ਗਰੀਬ ਨਵਾਜ ਜੀ ਦੇ ਸੰਤ ਬਾਬਾ ਬਰਕਤ ਸਿੰਘ ਜੀ ਘੁੰਗਰੂਆਂ ਵਾਲੇ ਉਹਨਾਂ ਨੇ ਰਾਤ ਨੂੰ ਮੌਜ ਚ ਆਉਣਾ ਤੇ ਚੁੰਟਾ ਉਹਨਾਂ ਦੇ ਹੱਥ ਚ ਆਉਣਾ ਤੇ ਜਿਹੜੇ ਮਰਜ਼ੀ ਪਿੰਡ ਪਹੁੰਚ ਜਾਣਾ ਨਸ਼ਹਿਰਾ ਸਾਹਿਬ ਦੇ ਲਾਗੇ ਸਾਡਾ ਨਗਰ ਪਿੰਡ ਤਲਵੰਡੀ ਤੇ ਰਾਤ ਹੀ ਮਸਤੀ ਆਈ ਤੇ ਪਹੁੰਚ ਗਏ ਤੇ ਮਸਤੀ ਦੇ ਵਿੱਚ ਮਸਤ ਨੇ ਇਹ ਨਹੀਂ ਸੀ ਪਤਾ ਲੱਗਦਾ ਰਾਤ ਦੇ ਜਾਂ ਦਿਨ ਹੈ ਪਰ ਉਹਨਾਂ ਦੀ ਸੁਰਤ ਪਰਮੇਸ਼ਰ ਨਾਲ ਇੱਕ ਮਿੱਕ ਹੋਈ ਹੋਈ ਸੰਗਤ ਜੀ ਐਸੇ ਐਸੇ ਰੱਬ ਦੇ ਮਹਾਰਾਜ ਦੇ ਕਿਲੇ ਵਾਲਿਆਂ ਦੇ ਪਿਆਰੇ ਜਿਹੜੇ ਸੰਤ ਝੂਲਣੇ ਜਿਹਨਾਂ ਨੇ ਐਸੀ ਉਹਨਾਂ ਦੇ ਬਖਸ਼ਿਸ਼ ਮਿਹਰ ਆ ਸਰੀਰ ਕੁਝ ਬੈਠੇ ਨੇ ਸਾਡੇ ਨਾਲ ਵੀ ਜਿਹਨਾਂ ਨੇ ਉਹਨਾਂ ਦੀਆਂ ਮਿਹਰਾਂ ਬਖਸ਼ਿਸ਼ਾਂ ਵੇਖੀਆਂ ਨੇ ਜਿਹਨਾਂ ਨੇ ਮਹਾਰਾਜ ਤੋਂ ਕਿਲੇ ਵਾਲਿਆਂ ਤੋਂ ਕੁਝ ਪ੍ਰਾਪਤ ਕੀਤਾ ਕਹਿੰਦੇ ਨੇ ਉਹਨਾਂ ਦਾ ਇਸ਼ਨਾਨ ਕਰਾਉਣ ਵਾਸਤੇ ਇੰਦਰ ਵੀ ਪਹੁੰਚਦਾ ਸੀ ਇੱਕ ਨਗਰ ਚ ਬੈਠੇ ਹੋਏ ਤੇ ਉੱਥੇ ਬੈਠੇ ਬੈਠਿਆਂ ਕਹਿੰਦੇ ਨੇ ਇੰਦਰਾ ਇਸ਼ਨਾਨ ਕਰਨ ਨੂੰ ਦਿਲ ਕਰਦਾ ਮੰਜੀ ਤੇ ਬੈਠੇ ਪਰ ਕਹਿੰਦੇ ਨੇ ਛਿੱਟ ਦੂਜੇ ਤੇ ਨਾ ਪੈ ਜਾਏ ਤੇ ਸੰਗਤ ਜੀ ਉਹ ਸਰੀਰ ਹਜੇ ਜਿਉਂਦੇ ਜਾਗਦੇ ਨੇ ਜਿਹਨਾਂ ਨੇ ਉਹ ਦਰਸ਼ਨ ਵੇਖਿਆ ਕਹਿੰਦੇ ਨੇ ਉੱਥੇ ਬੈਠੇ ਬੈਠੇ ਐਸੀ ਬਾਰਿਸ਼ ਹੋਈ ਕਿ ਮੰਜੀ ਦੇ ਉੱਤੇ ਬੈਠਿਆ ਉਹਨਾਂ ਦਾ ਇਸ਼ਨਾਨ ਹੋ ਗਿਆ ਪਰ ਜਿਹੜਾ ਲਾਗੇ ਖਲੋਤਾ ਸੀ ਉਹਦੇ ਤੇ ਛਿੱਟ ਵੀ ਨਹੀਂ ਪਈ ਇੰਨੀ ਉਹਨਾਂ ਦੀ ਪ੍ਰੀਤ ਪ੍ਰਤੀਤ ਰੱਬ ਨਾਲ ਬਣੀ ਹੋਈ ਸੀ ਉਹ ਮਹਾਂਪੁਰਸ਼ ਸੰਤ ਬਾਬਾ ਬਰਕਤ ਸਿੰਘ ਜੀ ਕਹਿੰਦੇ ਨੇ ਚੁਮਟਾ ਵਜਾਉਂਦਿਆਂ ਵਜਾਉਂਦਿਆਂ ਸਾਡੇ ਨਗਰ ਪਹੁੰਚੇ ਨਗਰ ਦੀ ਫੇਰੀ ਉਦੋਂ ਕੱਚੇ ਵਿਹੜੇ ਸਨ ਚਾਨਣੀਆਂ ਰਾਤਾਂ ਸੰਗਤ ਇਕੱਠੀ ਹੋ ਗਈ ਵਿਹੜਾ ਖੁੱਲਾ ਸੀ ਉੱਥੇ ਜਾ ਕੇ ਇੱਕ ਚੁਮਟੇ ਦੇ ਨਾਲ ਐਸੀ ਉਹ ਪਿਆਰ ਵਾਲੀ ਹੇਕ ਲਾਈ ਸੰਗਤ ਜੀ
ਉਹ ਸਿੱਖੀ ਸਿਖਾਈ ਨਹੀਂ ਸੀ ਉਹ ਰਾਗਾਂ ਵਾਲੀ ਨਹੀਂ ਸੀ ਉਹਦੇ ਪਿਆਰ ਵਾਲੀ ਸੀ ਜਿਹੜੀ ਜਿਹੜੀ ਰਗ ਮੀਰਾਂ ਕੋਲ ਸੀ ਨਾ ਜਿਹੜੀ ਰਗ ਭੀਣੀ ਕੋਲ ਸੀ ਨਾ ਉਹ ਰਗ ਦੇ ਵਿੱਚ ਗਾਉਂਦੇ ਸੀ ਕਿਉਂਕਿ ਇੱਕ ਰਾਗ ਹੈ ਇੱਕ ਰਗ ਹੈ ਇੱਕ ਤਾਂ ਹੀ ਮੇਰੇ ਮਹਾਰਾਜ ਬਖਸ਼ਿਸ਼ ਕਰਦੇ ਨਾ ਗਾਵੇ ਕੋ ਤਾਣ ਕੋਈ ਹੈ ਜਿਹੜਾ ਉਹਦੀ ਤਾਣ ਚ ਗਾ ਰਿਹਾ ਹੈ ਹੋਵੇ ਕਿਸੇ ਤਾਣ ਉਹ ਕਿਸੇ ਕਿਸੇ ਨੂੰ ਉਹ ਤਾਣ ਹੁੰਦੀ ਜੀ ਸਭ ਨੂੰ ਉਹ ਤਾਣ ਨਹੀਂ ਮਿਲਦੀ ਗਾ ਕੇ ਸੁਣਾਉਣ ਵਾਲੇ ਬਹੁਤ ਨੇ ਸੁਣਨ ਵਾਲਿਆਂ ਦੀ ਘਾਟ ਨਹੀਂ ਪਰ ਮੰਨਣ ਵਾਲਿਆਂ ਦੀ ਬਹੁਤ ਘਾਟ ਹੈ ਤੇ ਸਾਹਿਬ ਦੇਹਰਾਦੂਨ ਵਾਲੇ ਬਚਨ ਕਰਿਆ ਕਰਦੇ ਕਹਿੰਦੇ ਨੇ ਅਸਰ ਵਾਲੇ ਦੇ ਦਿਲ ਚੋਂ ਨਿਕਲੇ ਤੇ ਅਸਰ ਲੱਖਾਂ ਤੇ ਕਰਦੀ ਜੇ ਅਸਰ ਉਹਦੇ ਤੇ ਹੋਇਆ ਹੋਏਗਾ ਤਾਂ ਹੀ ਦੂਜੇ ਤੇ ਅਸਰ ਹੋਏਗਾ ਨਹੀਂ ਤੇ ਗੱਲਾਂ ਨਾਲ ਨਹੀਂ ਉਹ ਗੱਲਾਂ ਨਾਲ ਨਹੀਂ ਪਹੁੰਚਿਆ ਜਾਣਾ ਉਹ ਦੇਸ਼ ਪ੍ਰੀਤਮ ਦੇ ਗੱਲਾਂ ਨਾਲ ਨਹੀਂ ਪਹੁੰਚਿਆ ਜਾਣਾ ਦੇਸ਼ ਪ੍ਰੀਤਮ ਦੇ ਨਾਲ ਨਹੀਂ ਪਹੁੰਚਿਆ ਜਾਣਾ ਦੇਸ਼ ਪ੍ਰੀਤਮ ਦੇ ਗੱਲਾਂ ਨਾਲ ਨਹੀਂ ਪਹੁੰਚਿਆ ਜਾਣਾ ਦੇਸ਼ ਪ੍ਰੀਤਮ ਦੇ ਆਹੋ 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 ਦੇਸ਼ ਪ੍ਰੀਤਮ ਦੇ ਆਹੋ ਆਹੋ ਦੇਸ਼ ਪ੍ਰੀਤਮ ਦੇ ਆਹੋ ਆਹੋ ਦੇਸ਼ ਪ੍ਰੀਤਮ ਦੇ ਉਹ ਗੱਲਾਂ ਨਾਲ ਵੀ ਪਹੁੰਚਿਆ ਜਾਣਾ ਪਹੁੰਚਿਆ ਜਾਣਾ ਪਹੁੰਚਿਆ ਜਾਣਾ ਜੀ ਦੇਸ਼ ਪ੍ਰੀਤਮ ਨਾਲ ਵੀ ਪਹੁੰਚਿਆ ਜਾਣਾ ਦੇਸ਼ ਪ੍ਰੀਤਮ ਦੇ ਉਹ ਨਾਲ ਨਹੀਂ ਪਹੁੰਚਿਆ ਜਾਣਾ ਦੇਸ਼ ਪ੍ਰੀਤਮ ਦੇ ਗੱਲਾਂ ਨਾਲ ਨਹੀਂ ਪਹੁੰਚਿਆ ਜਾਣਾ ਦੇਸ਼ ਪ੍ਰੀਤਮ ਦੇ ਪੁੱਛਤ ਪਥਕ ਤਹਿ ਮਾਰਗ ਨ ਧਾਰੇ ਪਗ ਪ੍ਰੀਤਮ ਕੇ ਦੇਸ਼ ਕੈਸੇ ਬਾਤ ਨ ਸਮਝਾਈਐ ਉਹ ਕਹਿੰਦੇ ਨੇ ਰਾਹ ਨੂੰ ਪੁੱਛੀ ਜਾ ਕਿੱਥੇ ਜਾਂਦਾ ਹੈ ਪੁੱਛਤ ਪਥਕ ਤਹਿ ਕਿੱਥੇ ਜਾਂਦਾ ਹੈ ਨਸ਼ਹਿਰਾ ਸਾਹਿਬ ਨੂੰ ਜਾਂਦਾ ਹੈ ਪਰ ਉੱਤੇ ਪੈਰ ਹੀ ਨਾ ਧਰੇ ਮਾਰਗ ਨਾ ਧਾਰੇ ਪਗ ਪ੍ਰੀਤਮ ਕੇ ਦੇਸ਼ ਕੈਸੇ ਬਤਨ ਸਜਾਈਏ ਗੱਲਾਂ ਨਾਲ ਚਲਿਆ ਜਾਏਗਾ ਸੰਗਤ ਜੀ ਉਹਨਾਂ ਦੇ ਅੰਦਰ ਅਸਰ ਸੀ ਉਹ ਜਿਹੜਾ ਬਚਨ ਕਰਦੇ ਸੀ ਜਿਵੇਂ ਖੂਹ ਦੇ ਵਿੱਚ ਟਿੰਡ ਸੁੱਕੀ ਜਾਂਦੀ ਏ ਤੇ ਭਰ ਕੇ ਬਾਹਰ ਆਉਂਦੀ ਏ ਉਹਨਾਂ ਦੇ ਅੰਦਰੋਂ ਜਿਹੜਾ ਬਚਨ ਆਉਂਦਾ ਸੀ ਭਿੱਜ ਕੇ ਬਾਹਰ ਆਉਂਦਾ ਕਿਉਂਕਿ ਅੰਦਰ ਮਹਾਰਾਜ ਦਾ ਵਾਸਾ ਸੀ ਕਿਉਂਕਿ ਉਹਨਾਂ ਦੀ ਤਾਰ ਲੱਗੀ ਹੋਈ ਸੀ ਅਸੀਂ ਤੇ ਹੱਥ ਜੋੜਨੇ ਆ ਸੱਚਿਆ ਪਾਤਸ਼ਾਹ ਉਹ ਸਮਾਂ ਬਣ ਜੇ ਕਿਤੇ ਸਾਡੀ ਲੱਗ ਜੇ ਉਹ ਗੱਲ ਬਣ ਜੇ ਕਿਉਂਕਿ ਸੰਗਤ ਜੀ ਤੰਨੇ ਨੇ ਲਾਈ ਤੰਨੇ ਦੀ ਨਿਭ ਗਈ ਤੰਨੇ ਨੇ ਲਾਈ ਤੰਨੇ ਦੀ ਨਿਭ ਗਈ ਤੰਨੇ ਲਾਈ ਤੰਨੇ ਦੀ ਨਿਭ ਸੱਜ ਕੇ ਤੰਨੇ ਨੇ ਲਾਈ ਤੰਨੇ ਦੀ ਨਿਭ ਨਾਲੇ ਤਾਰਿਆ ਰਵਿਦਾਸ ਸੁਚਮਾਰ ਜਿਨ੍ਹਾਂ ਨੇ ਲਾਈ ਉਹਨਾਂ ਦੀ ਨਿਭੀ ਕਿਤੇ ਮੇਰੀ ਵੀ ਨਿਭਾ ਦਿਓ ਮਹਾਰਾਜ ਜਿਨ੍ਹਾਂ ਨੇ ਲਾਈ ਉਹਨਾਂ ਦੀ ਨਿਭੀ ਉਹ ਕਿਤੇ ਮੇਰੀ ਵੀ ਨਿਭਾ ਦਿਓ ਮਹਾਰਾਜ ਜਿਨ੍ਹਾਂ ਨੇ ਲਾਈ ਉਹਨਾਂ ਦੀ ਨਿਭੀ ਕਿਤੇ ਮੇਰੀ ਵੀ ਨਿਭਾ ਦਿਓ ਮਹਾਰਾਜ ਜਿਨ੍ਹਾਂ ਨੇ ਲਾਈ ਉਹਨਾਂ ਦੀ ਬਾਬਾ ਬਾਬਾ ਜਿੰਨਾ ਨੇ ਲਾਈ ਉਹਨਾਂ ਦੀ ਬਾਹੋ ਬਾਹੋ ਜਿੰਨਾ ਨੇ ਲਾਈ ਉਹਨਾਂ ਦੀ ਬਾਹੋ ਬਾਹੋ ਜਿੰਨਾ ਨੇ ਲਾਈ ਉਹਨਾਂ ਦੀ ਬਾਹੋ ਬਾਹੋ ਜਿੰਨਾ ਨੇ ਲਾਈ ਉਹਨਾਂ ਦੀ ਉਹ ਕਿਤੇ ਮੇਰੀ ਵੀ ਨਿਭਾ ਦਈ ਮਹਾਰਾਜ ਜਿੰਨਾ ਨੇ ਲਾਈ ਉਹਨਾਂ
ਨਾਨਕ ਬੋੜੀ ਲੋਕੀ ਮੈਨੂੰ ਤੇਰਾ ਲੋਕੀ ਮੈਨੂੰ ਤੇਰਾ ਪਿਆਰ ਤੇਰਾ ਜ਼ਿੰਦਗੀ ਮੇਰੀ ਕੀ ਦੱਸਾਂ ਮੈਂ ਰਹਿਮਤ ਤੇਰੀ ਪਿਆਰ ਤੇਰਾ ਜ਼ਿੰਦਗੀ ਮੇਰੀ ਕੀ ਦੱਸਾਂ ਮੈਂ ਰਹਿਮਤ ਤੇਰੀ ਇਸ ਦਰ ਤੋਂ ਕਦੇ ਨਾ ਮੈਨੂੰ ਮੋੜੀ ਇਸ ਦਰ ਤੋਂ ਕਦੇ ਨਾ ਮੈਨੂੰ ਮੋੜੀ ਲੋਕੀ ਮੈਨੂੰ ਤੇਰਾ ਆਖਦੇ ਮੇਰੇ ਦਾਦਾ ਮੇਰਾ ਮਾਣ ਨਾ ਤੋੜੀ ਲੋਕੀ ਮੈਨੂੰ ਤੇਰਾ ਆਖਦੇ ਮੇਰੇ ਦਾਦਾ ਮੇਰਾ ਮਾਣ ਨਾ ਤੂੰ ਤੋੜੀ ਲੋਕੀ ਮੈਨੂੰ ਤੇਰਾ ਆਖਦੇ ਮੇਰੇ ਦਾਦਾ ਮੇਰਾ ਮਾਣ ਨਾ ਤੂੰ ਤੋੜੀ ਲੋਕੀ ਮੈਨੂੰ ਤੇਰਾ ਆਖਦੇ ਹੁਣ ਦਿਲ ਕਰ ਲਾ ਮੈਂ ਕੋਲ ਬਹਿ ਜਾਵਾਂ ਦਿਲ ਕਰਦਾ ਕੋਲ ਬਹਿ ਜਾ ਲੋਕੀ ਮੈਨੂੰ ਤੇਰਾ ਆਖਦੇ ਮੇਰੇ ਦਾਦਾ ਮੇਰਾ ਮਨ ਨਾ ਤੋੜੀ ਲੋਕੀ ਮੈਨੂੰ ਤੇਰਾ ਆਖਦੇ ਮੇਰੇ ਦਾਦਾ ਮੇਰਾ ਮਨ ਨਾ ਤੋੜੀ ਲੋਕੀ ਮੈਨੂੰ ਤੇਰਾ ਆਖਦੇ ਮੇਰੇ ਦਾਦਾ ਮੇਰਾ ਮਨ ਨਾ ਤੋੜੀ ਉਹ ਲੋਕੀ ਮੈਨੂੰ ਤੇਰਾ ਸੰਗਤ ਜੀ ਜਿਨ੍ਹਾਂ ਨੇ ਮਾਰੇ ਦੇ ਅੱਗੇ ਝੋਲੀ ਐਡੀ ਫਿਰ ਮਾਰੇ ਉਹਨਾਂ ਦਾ ਮਾਣ ਰੱਖਿਆ।